ਕਹਿਣਾ ਵਾ ਸਗੋਂ ਹੋਣਾ ਤਾਂ ਇਹ ਚਾਹੀਦਾ ਸੀ ਵੀ ਉਹਨਾਂ ਨੂੰ ਸਮਝਾਉਣ ਲਈ ਇਨਸਾਨ ਦੀ ਉਦਾਹਰਨ ਦਿੱਤੀ ਜਾਂਦੀ, ਪਰ ਕੰਮ ਉਲਟਾ ਹੋ ਗਿਆ, ਇਨਸਾਨ ਨੂੰ ਸਮਝਾਉਣ ਲਈ ਉਦਾਹਰਨਾਂ ਉਹਨਾਂ ਦੀਆਂ ਦੇਣੀਆਂ ਪਈਆਂ ਉਹਨਾਂ ਦੀਆਂ। ਜਿਵੇਂ ਭਗਤ ਰਵਿਦਾਸ ਜੀ ਦਾ ਬਚਨ ਪੜ੍ਹਦੇ ਹਾਂ, ਕੂਪ ਭਰਿਓ ਜੈਸੇ ਦਾਦਰਾ, ਸਾਰੇ ਬੋਲੋ ਕੂਪ ਭਰਿਓ ਜੈਸੇ, ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਬਿਖਿਆ ਬਿਮੋਹਿਆ, ਕਛ ਆਰਾਮ ਪਾਰ ਨਾ ਸੂਝ। ਕੂਪ ਭਰਿਓ ਜੈਸੇ ਦਾਦਰਾ, ਕੂਪਦਾਰ ਤਾਂ ਖੂਹ, ਜਿਵੇਂ ਖੂਹ ਭਰਿਆ ਹੋਵੇ ਨਾ ਡੱਡੂਆਂ ਦਾ, ਹੁਣ ਡੱਡੂਆਂ ਦਾ ਖੂਹ ਭਰਿਆ ਵਾ, ਹੁਣ ਉਹਨਾਂ ਦੇ ਮੁਤਾਬਕ ਤਾਂ ਇਸ ਖੂਹ ਤੋਂ ਅਗਲੀ ਦੁਨੀਆ ਹੈ ਹੀ ਨਹੀਂ, ਬਸ ਇੱਥੇ ਇਹੋ ਦੁਨੀਆ ਸਾਰੀ। ਸਮੁੰਦਰ ਦੇ ਡੱਡੂ ਨੇ ਇਹਨੂੰ ਆਣ ਕੇ ਆਖਿਆ ਵੀ ਤੂੰ ਸਮੁੰਦਰ ਵੇਖਣਾ ਹੈ, ਖੂਹ ਦੇ ਡੱਡੂ ਨੂੰ ਸਮੁੰਦਰ ਦੇ ਮੇਂਢਕ ਨੇ ਆਣ ਕੇ ਕਿਹਾ ਵੀ ਸਮੁੰਦਰ ਵੇਖਣਾ ਹੈ। ਹੁਣ ਖੂਹ ਦਾ ਡੱਡੂ ਸਮੁੰਦਰ ਦੇ ਮੇਂਢਕ ਨੂੰ ਆਣ ਕੇ ਕਹਿੰਦਾ ਕਿੱਡਾ ਕੁ ਵੱਡਾ ਸਮੁੰਦਰ, ਉਹ ਕਹਿੰਦਾ ਬਹੁਤ ਵੱਡਾ ਵਾ। ਹੁਣ ਮੇਂਢਕ ਜਿਹੜਾ ਖੂਹ ਦਾ ਵਾ ਨਾ, ਉਹ ਆਪਣੇ ਹਿਸਾਬ ਦੇ ਨਾਲ ਛਾਲ ਮਾਰ ਕੇ ਦੱਸਦਾ, ਦੱਸਦਾ ਕਹਿੰਦਾ ਐਡਾ ਵੱਡਾ, ਉਹ ਕਹਿੰਦਾ ਨਹੀਂ ਨਹੀਂ ਐਡਾ ਵੱਡਾ ਨਹੀਂ ਆ, ਤੂੰ ਸਾਰੀ ਜ਼ਿੰਦਗੀ ਛਾਲਾਂ ਮਾਰਦਾ ਰਹਿ, ਤੇਰੇ ਕੋਲ ਅਗਲਾ ਪਾਸਾ ਲੱਭਣਾ ਹੀ ਨਹੀਂ ਸਮੁੰਦਰ ਐਡਾ ਵੱਡਾ। ਹੁਣ ਉਹ ਵਿਚਾਰਾ ਤਾਂ ਆਪਣੀ ਸੋਚ ਮੁਤਾਬਕ ਦੱਸ ਰਿਹਾ ਸੀ, ਕਿਉਂਕਿ ਉਹਨੇ ਤਾਂ ਖੂਹ ਤੋਂ ਬਾਅਦ ਦੁਨੀਆ ਵੇਖੀ ਨਹੀਂ ਸੀ। ਹੁਣ ਗੱਲ ਇੱਥੇ ਮੇਂਢਕ ਦੀ ਨਹੀਂ ਹੋ ਰਹੀ, ਮੇਂਢਕ ਇਗਜ਼ੈਂਪਲ ਆ ਇੱਕ ਵੀ, ਕੂਪ ਭਰਿਓ ਜੈਸੇ ਦਾਦਰਾ, ਕੂਪਦਾਰ ਥਾ ਖੂਹ, ਜਿਵੇਂ ਖੂਹ ਭਰਿਆ ਡੱਡੂਆਂ ਦਾ, ਕਛ ਦੇਸ਼ ਵਿਦੇਸ਼ ਨਾ ਬੂਝ, ਉਹਨੂੰ ਪਤਾ ਹੀ ਨਹੀਂ ਹੈਗਾ ਇਸ ਖੂਹ ਤੋਂ ਬਾਹਰ ਦੀ ਵੀ ਕੋਈ ਦੁਨੀਆ ਹੈਗੀ ਆ। ਗੱਲ ਕੀਤੀ ਮਨ ਦੀ, ਐਸੇ ਮੇਰਾ ਮਨ ਬਿਖਿਆ ਬਿਮੋਹਿਆ, ਇੱਦਾਂ ਹੀ ਮੇਰਾ ਮਨ ਖੂਹ ਦਾ ਡੱਡੂ ਬਣਿਆ ਪਿਆ ਵਾ, ਉਹ ਵਿਸ਼ਿਆਂ ਵਿਕਾਰਾਂ ਦੇ ਇਸ ਜਾਲੇ ਖਾਣ ਤੋਂ ਬਾਹਰ ਦੀ ਦੁਨੀਆ ਦਾ ਉਹਨੂੰ ਪਤਾ ਹੀ ਕੱਖ ਨਹੀਂ ਹੈਗਾ, ਉਹਨੂੰ ਪਤਾ ਹੀ ਕੱਖ ਨਹੀਂ। ਐਸੇ ਮੇਰਾ ਮਨ, ਸਮਝਾਇਆ ਮਨੁੱਖ ਨੂੰ, ਅਤੇ ਇਗਜ਼ੈਂਪਲ ਕਿਹਦੀ ਦਿੱਤੀ, ਮੇਂਢਕ ਦੀ, ਡੱਡੂ ਦੀ ਦਿੱਤੀ। ਇੱਦਾਂ ਗੁਰਬਾਣੀ ਵਿੱਚ ਕਈਆਂ ਥਾਵਾਂ 'ਤੇ ਤੁਹਾਨੂੰ ਇਨਸਾਨ ਨੂੰ ਸਮਝਾਉਣ ਵਾਸਤੇ, ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਕਹਿੰਦੇ ਨੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਸਾਰੇ ਬੋਲੋ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ। ਏਕ ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਭਾਵ ਇੱਕ ਪਰਮਾਤਮਾ ਦੀ ਭਗਤੀ ਜਿਸ ਪ੍ਰਾਣੀ ਦੇ ਮਨ ਵਿੱਚ ਨਹੀਂ ਹੈਗੀ। ਏਕ ਭਗਤ ਭਗਵਾਨ ਜਿਹ ਪ੍ਰਾਣੀ ਕਹਿ ਨਾਹੇ ਮਨ, ਕੀ ਕਹੋਗੇ ਗੁਰੂ ਤੇਗ ਬਹਾਦਰ ਮਹਾਰਾਜ ਇਸ ਇਨਸਾਨ ਨੂੰ, ਕਹਿੰਦੇ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਮੰਨ ਲਓ ਵੀ ਉਹਦਾ ਤਨ ਸੂਰ ਅਤੇ ਕੂਕਰ ਵਰਗਾ, ਸਮਝਾਇਆ ਕਿ ਇਹਨੂੰ ਮਨੁੱਖ ਨੂੰ, ਇਗਜ਼ੈਂਪਲ ਕਹੀ ਦਿੱਤੀ ਸੂਰ ਅਤੇ ਕੂਕਰ ਦੀ। ਨਾਨਕ ਮਾਨੋ ਤਾਹੇ ਤਨ, ਮੰਨ ਲਓ ਵੀ ਉਹਦਾ ਤਨ ਸੂਰ ਅਤੇ ਕੂਕਰ ਵਰਗਾ, ਜਦ ਕੋਈ ਬੰਦਗੀ ਹੈ ਨਹੀਂ ਰੱਬ ਦੀ, ਜਿਹੜਾ ਇੱਕ ਮਾਲਕ ਨਾ, ਜਿਹੜਾ ਮਾਲਕ ਦਾ ਸ਼ੁਕਰਾਨਾ ਨਹੀਂ ਕਰਦਾ, ਜਿਹੜਾ ਉਹਦੀ ਯਾਦ ਵਿੱਚ ਨਹੀਂ ਜੁੜਦਾ, ਮੰਨ ਲਓ ਉਹਦਾ ਤਨ ਇਹਦੇ ਵਰਗਾ। ਇੱਕ ਤੁਹਾਨੂੰ ਗੁਰਬਾਣੀ 'ਚੋਂ ਐਸਾ ਸ਼ਬਦ ਨਹੀਂ ਮਿਲੇਗਾ ਜਿੱਥੇ ਮਨੁੱਖ ਨੂੰ, ਮਨੁੱਖ ਦੀ ਇਗਜ਼ੈਂਪਲ ਕਿਸੇ ਪਸ਼ੂ ਪੰਛੀ ਨੂੰ ਸਮਝਾਉਣ ਲਈ ਦਿੱਤੀ ਹੋਵੇ, ਅਤੇ ਫਿਰ ਵੀ ਇਨਸਾਨ ਕਹਿੰਦਾ ਮੈਂ ਤਾਂ ਦੁਨੀਆ ਦਾ ਸਭ ਤੋਂ ਅੱਗੇ ਹਾਂ। ਅੱਛਾ ਇੱਕ ਬੇਨਤੀ ਹੋਰ ਕਰਾਂ, ਆਹ ਵੀ ਗੱਲ ਬੜੀ ਕਮਾਲ ਦੀ ਹੈ। ਸੱਪ ਜਿੰਨਾ ਮਰਜ਼ੀ ਜ਼ਹਿਰੀਲਾ ਹੋਵੇ, ਸ਼ੇਰ ਜੰਗਲ ਦਾ ਰਾਜਾ ਹੈ ਨਾ, ਹਾਥੀ ਤਾਕਤਵਰ, ਇਕੜੇ ਇਕੜੇ ਦਰਖਤ ਪੱਟ ਕੇ ਸੜ ਦਿੰਦਾ ਹੈ, ਇਹਨਾਂ ਸਾਰਿਆਂ ਜਿੰਨੇ ਵੀ ਜੀਵ ਜੰਤੂ ਆ ਨਾ, ਇਹਨਾਂ ਸਾਰਿਆਂ ਤੋਂ ਤਾਕਤਵਰ ਬੰਦਾ ਪਤਾ ਕੌਣ ਹੈ? ਇਨਸਾਨ ਤਾਕਤਵਰ ਹੈ। ਤਾਂ ਬਾਣੀ 'ਚ ਆਖਿਆ ਸੀ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾ। ਦੁਨੀਆਂ ਦੇ ਤਮਾਮ ਪਰਬਤਾਂ ਵਿੱਚੋਂ ਸੁਮੇਰ ਪਰਬਤ ਵੱਡਾ, ਅਤੇ ਦੁਨੀਆਂ ਦੇ ਤਮਾਮ ਸਰੀਰਾਂ ਵਿੱਚੋਂ ਇਨਸਾਨੀ ਸਰੀਰ ਵੱਡਾ। ਕਿਵੇਂ? ਸੱਪ ਜਿੰਨਾ ਮਰਜ਼ੀ ਜ਼ਹਿਰੀਲਾ, ਪਟਾਰੀ 'ਤੇ ਬੰਦੇ ਨੇ ਪਾਇਆ ਉਹਨਾਂ ਨੂੰ, ਰਾਜਾ ਸ਼ੇਰ ਜੰਗਲ ਦਾ, ਸਰਕਸ ਵੇਸ ਉਹਦੇ ਕੋਲੋਂ ਕੰਮ ਕਰਾਈ ਜਾਂਦਾ, ਬੰਦੇ ਨੇ ਕਰਾਇਆ ਨਾ। ਹਾਥੀ ਜਿੰਨਾ ਮਰਜ਼ੀ ਤਾਕਤਵਰ ਹੋਵੇ, ਸਿਰ 'ਤੇ ਬੈਠਾ ਨਾ ਉਹਦੇ, ਭਾਵੇਂ ਉਹਨੂੰ ਲਾਲਚ ਦੇ ਕੇ ਫਸਾ ਲਿਆ, ਅਕਾਲ ਬੂਤ ਕੀ ਇਸ ਤੇ ਨਹੀਂ, ਮਨ ਬੌਰਾ ਰੇ ਚਲਤ ਰਚਿਓ ਜਗਦੀਸ਼, ਕਾਮ ਸਵਾਏ ਗੱਜ ਬਸ ਪਰੇ, ਮਨ ਬੌਰਾ ਰੇ ਅੰਕਸ ਸਹਿਓ ਸੀਸ। ਹਾਥੀ ਜਿੰਨਾ ਮਰਜ਼ੀ ਤਾਕਤਵਰ, ਸ਼ੇਰ ਭਾਵੇਂ ਜੰਗਲ ਦਾ ਰਾਜਾ ਵਾ, ਸੱਪ ਜਿੰਨਾ ਮਰਜ਼ੀ ਜ਼ਹਿਰੀਲਾ ਵਾ, ਪਰ ਇਨਸਾਨ ਤੋਂ ਸਭ ਥੱਲੇ ਆ। ਪਰ ਇਨਸਾਨ ਦੇ ਉੱਤੇ ਵੀ ਕੋਈ ਹੈਗਾ, ਉਹ ਕਿਹੜਾ? ਪੰਜ ਵਿਕਾਰ ਜਿਹੜੇ ਨੂੰ ਆਪਣੀ ਉਂਗਲਾਂ 'ਤੇ ਨਚਾਈ ਫਿਰਦੇ, ਉੱਥੇ ਨੱਚੀ ਜਾਂਦਾ ਹੈ, ਕਿਸੇ ਕੋਲੋਂ ਕਾਮ ਦਿਹਾੜੀਆਂ ਕਰਾਈ ਜਾਂਦਾ, ਕਿਸੇ ਕੋਲੋਂ ਲਾਲਚ ਦਿਹਾੜੀਆਂ ਕਰੀ ਜਾਂਦਾ। ਤਾਂ ਆਖਿਆ ਸੀ ਨਾ ਸਾਰਾ ਦਿਨ ਲਾਲਚ ਅੱਟਿਆ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਰਾ ਦਿਨ ਲਾਲਚ ਅੱਟਿਆ, ਸਾਰਾ ਦਿਨ ਲਾਲਚ ਵਿੱਚ ਫਸਿਆ ਹੋਇਆ,
ਨਵੇਂ ਸੋਚ ਸਭ ਢਿੱਲਾ। ਰਾਤ ਆ ਕੇ ਡਿੱਗਦਾ ਅਤੇ ਆ ਕੰਨ ਥੱਕੇ ਹੁੰਦੇ ਆ, ਅੱਖਾਂ ਵੇਖ ਵੇਖ ਕੇ ਥੱਕੀਆਂ ਹੁੰਦੀਆਂ ਵਾ, ਐਨ ਨੜਾਲ ਜਿਹਾ ਹੋ ਕੇ ਸੌਂ ਜਾਂਦਾ। ਜ਼ੋਰਾਂ ਦਾ ਆਖਿਆ ਪੁਰਖ ਕਮਾਵਦੇ, ਜਿੱਥੇ ਸਤਿਗੁਰ ਨੇ ਔਰਤ ਨੂੰ ਇੰਨੀ ਰਿਸਪੈਕਟ ਦਿੱਤੀ ਆ ਨਾ ਕਿ ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਾਜ਼ਾਨ, ਉੱਥੇ ਵੀ ਆਖਿਆ ਕਾਮ ਵਿਆਪਕ ਸੁੱਧ ਨਰ। ਜਿਹੜੇ ਕਾਮੀ ਪੁਰਸ਼ ਵਾ ਨਾ ਉਹ ਆਪਣਾ ਬ੍ਰੇਨ ਨਹੀਂ ਵਰਤਦੇ, ਨਾ 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 ਨਾ, ਇਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਾਮੀ ਪੁਰਸ਼ ਆਪਣਾ ਬ੍ਰੇਨ ਨਹੀਂ ਵਰਤਦੇ, ਉਹਨੂੰ ਔਰਤ ਚਲਾਉਂਦੀ ਹੈ, ਕਿਉਂਕਿ ਕਾਮ ਸਿਰ ਨੂੰ ਚੜਿਆ। ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ। ਉਹ ਤਾਂ ਫਿਰ ਉਹ ਇਹ ਵੀ ਕਹੇਗੀ ਛੱਡ ਦੇ ਆਪਣਾ ਪਰਿਵਾਰ, ਛੱਡਣ ਲਈ ਤਿਆਰ ਹੋ ਜਾਏਗਾ, ਆਪਣੇ ਬੱਚੇ ਮਾਰਨ ਲਈ ਤਿਆਰ ਹੋ ਜਾਏਗਾ, ਆਪਣਾ ਮਾਂ ਬਾਪ ਆਪਣੇ ਭੈਣ ਭਰਾ। ਅਤੇ ਸਮਾਜ ਵਿੱਚ ਆਪਾਂ ਰੋਜ਼ ਇੱਕ ਨਾ ਦੀ ਇੱਦਾਂ ਦੀ ਖਬਰ ਵੇਖਦੇ ਹੈ। ਕੋ ਮੁਕਾਬਲਾ ਐਸੇ ਗਿਆਨ ਦਾ ਜਿੱਥੇ ਸਤਿਗੁਰੂ ਜੀ ਨੇ ਸ਼ਖਸੀਅਤ ਨੂੰ ਘੜਨ ਵਾਸਤੇ ਸਾਡੇ ਬੰਨੇ ਬੰਨੇ ਵਾੜ ਲਾਈ ਹੋਵੇ, ਸਾਨੂੰ ਤਰੀਕਾ ਦੱਸਿਆ ਹੋਵੇ ਕਿ ਤੂੰ ਕਿਵੇਂ ਸਮਾਜ ਵਿੱਚ ਤੁਰਨਾ, ਗ੍ਰਿਸ਼ਤੀ ਨੂੰ ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਇਆ ਹੋਵੇ। ਹੁਣ ਵੇਖੋ ਸ਼ਬਦੀ ਕਾਮ ਵਿਆਪਕ ਸ਼ੁੱਧ ਨਰ ਸੇ ਜ਼ੋਰਾਂ ਪੁੱਛ ਚੱਲਾ। ਇੱਕ ਹੁੰਦਾ ਔਰਤ ਨਾਲ ਸਲਾਹ ਕਰਕੇ ਤੁਰਨਾ, ਘਰਾਂ 'ਚ ਗ੍ਰਿਸ਼ਤੀ ਆਪਾਂ, ਕੋਈ ਘਰ ਬਣਾਉਣਾ ਤੁਸੀਂ, ਪੋਤੀ ਦਾ ਵਿਆਹ ਕਰਨਾ, ਬੀਬੀ ਦੀ ਸਲਾਹ ਲੈਣੀ ਵੀ ਆਪਾਂ ਕਿੱਦਾਂ ਕਰਨਾ, ਉਹ ਸਲਾਹ ਦਿੰਦੀ ਹੈ, ਮਰਦ ਉਹਨੂੰ ਸਲਾਹ ਦਿੰਦਾ, ਤੁਰਦੇ ਆ। ਪਰ ਕਾਮੀ ਬੰਦਾ ਸਲਾਹ ਲੈਂਦਾ ਨਹੀਂ, ਹੁਕਮ ਮੰਨਦਾ, ਕਿਉਂਕਿ ਉਹਦਾ ਆਪਣਾ ਦਿਮਾਗ ਤਾਂ ਖਤਮ ਹੈ। ਉਹਨੂੰ ਕਹਿੰਦੀ ਛੱਡ ਭਰਾ ਆਪਣਾ, ਬੱਚੇ ਕਿੰਨੇ ਤੇਰੇ, ਛੱਡ ਬੱਚੇ। ਇਹ ਇਕੱਲਾ ਮਰਦ ਵਾਸਤੇ ਨਹੀਂ, ਔਰਤ ਵਾਸਤੇ ਵੀ। ਜਿਹਨੂੰ ਵੀ ਕਾਮ ਵਿਆਪ ਗਿਆ, ਭਾਵੇਂ ਔਰਤ ਹੈ ਅਤੇ ਭਾਵੇਂ ਮਰਦ ਵਾ, ਉੱਥੇ ਬੱਚੇ ਆਪਣੇ ਘਰ ਪੈਦਾ ਕੀਤੇ ਹੋਏ ਬੱਚਿਆਂ ਨੂੰ ਵੀ ਜ਼ਹਿਰ ਦੇਣ ਲੱਗਿਆ, ਮੁੜ ਕੇ ਉਹਨਾਂ ਦੋਵਾਂ ਜੀਆਂ ਵਿੱਚੋਂ ਕੋਈ ਗੁਰੇਜ਼ ਨਹੀਂ ਕਰਦਾ, ਨਹੀਂ ਕਰਦਾ। ਉੱਥੇ ਇਹ ਵੀ ਵੇਖਦਾ ਵੀ ਇਹ ਮੇਰੇ ਬੱਚੇ ਨੇ ਯਾਰ, ਮੈਂ ਇਹਨਾਂ ਨੂੰ ਕਿਉਂ ਮਾਰਾਂ। ਪਰ ਕਾਮ ਵਿਆਪਕ ਸੁੱਧ ਨਾਲ ਸੇ ਜ਼ੋਰਾਂ ਪੁੱਛ ਚੱਲਾ, ਉਹ ਪੁੱਛ ਕੇ ਤੁਰਦੇ ਨੇ ਉਹਨੂੰ, ਉਹ ਜਿੱਦਾਂ ਜਿੱਦਾਂ ਉਹਨੂੰ ਕਹਿਣਾ। ਅਤੇ ਪਰ ਐਂਡ ਜ਼ਿੰਦਗੀ ਦਾ ਨਰਕ ਹੈ, ਫਿਰ ਇਹੋ ਜਿਹੇ ਮਨੁੱਖ ਜ਼ਿੰਦਗੀ 'ਚ ਰੋਂਦੇ ਆ ਵੀ ਹਾਏ ਕਿਹੜੀ ਜ਼ਿੰਦਗੀ ਜੂ ਰਹੇ ਹਾਂ ਅਸੀਂ, ਸਤਿਗੁਰ ਨੇ ਕੀ ਬਖਸ਼ਿਸ਼ ਕੀਤਾ ਸੀ। ਤੁਹਾਨੂੰ ਇਸ ਮੁਕਾਬਲੇ ਦਾ ਗਿਆਨ ਪੂਰੀ ਦੁਨੀਆ 'ਤੇ ਨਹੀਂ ਮਿਲੇਗਾ, ਸੱਚ ਹੈ, ਜੋ ਸਤਿਗੁਰ ਨੇ ਸ਼ਖਸੀਅਤ ਨੂੰ ਘੜਨ ਵਾਸਤੇ ਬਖਸ਼ਿਸ਼ ਕੀਤਾ। ਪਰ ਐਡਾ ਵੱਡਾ ਖਜ਼ਾਨਾ ਹੋਣ ਦੇ ਬਾਵਜੂਦ ਵੀ ਅਸੀਂ ਕੰਗਾਲ ਕਿਉਂ ਹਾਂ? ਕਿਉਂਕਿ ਅਸੀਂ ਆਪ ਪੜ੍ਹ ਕੇ ਨਹੀਂ ਵੇਖਿਆ, ਵਿਚਾਰ ਕੇ ਨਹੀਂ ਵੇਖਿਆ, ਇਹਨੂੰ ਪੜ੍ਹੋ, ਸਮਝੋ, ਵਿਚਾਰੋ। ਇਸੇ ਨੂੰ ਆਖਿਆ ਸੀ ਤਿੱਥੇ ਘੜੀਆ ਸੁਰਤ ਮਤ ਮਨ ਬੁੱਧ। ਗ੍ਰਿਸ਼ਤੀ ਦੀ ਡੈਫੀਨੇਸ਼ਨ ਦੱਸੀ ਸਤਿਗੁਰ ਨੇ ਬਾਣੀ 'ਚ, ਸੋ ਗਿਰਹੀ ਜੋ ਨਿਗ੍ਰਹਿ ਕਰੈ। ਕਹਿੰਦੇ ਗ੍ਰਿਸ਼ਤੀ ਕੌਣ ਹੈ? ਜਿਹੜਾ ਆਪਣੀਆਂ ਇਹਨਾਂ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕ ਕੇ ਰੱਖਦਾ। ਸੋ ਗਿਰਹੀ ਜੋ ਨਿਗ੍ਰਹਿ ਕਰੈ, ਜਪ ਤਪ ਸੰਜਮ ਭੀਖਿਆ ਕਰੈ। ਜਪ ਅਤੇ ਤਪ ਨੂੰ ਆਪਣੀ ਭੀਖਿਆ ਬਣਾ ਲਵੇ। ਜਪ ਦਾ ਅਰਥ ਕੀ? ਉਹਦੀ ਯਾਦ। ਤਪ ਦਾ ਅਰਥ ਕੀ ਆ? ਸੇਵਾ ਕਾਲ ਕਮਾਈ। ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਲੋਕ ਗੰਗਾ 'ਤੇ ਇਸ਼ਨਾਨ ਕਰਨ ਜਾਂਦੇ ਸੀ ਵੀ ਗੰਗਾ ਪਵਿੱਤਰ ਆ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹੋ ਜਿਹਾ ਗ੍ਰਿਸ਼ਤੀ ਗੰਗਾ ਦੇ ਜਲ ਨਾਲੋਂ ਵੀ ਪਵਿੱਤਰ ਹੈ। ਸੋ ਗਿਰਹੀ, ਬੋਲੋ ਜੀ, ਸੋ ਗਿਰਹੀ ਗੰਗਾ ਕਾ ਨੀਰ। ਬੋਲੇ ਈਸ਼ਰ ਸਤ ਸਰੂਪ, ਬੋਲੇ ਈਸ਼ਰ। ਈਸ਼ਰ ਜੋਗੀ ਨੂੰ ਕਹਿ ਰਹੇ ਨੇ, ਬੋਲੇ ਈਸ਼ਰ, ਹੇ ਈਸ਼ਰ, ਜੇ ਤੂੰ ਰੱਬੀ ਗੁਣਾਂ ਨੂੰ ਇੱਦਾਂ ਬੋਲੇ, ਯਾਦ ਕਰੇ ਸਤ ਸਰੂਪ। ਪਰਮ ਤੰਤ ਮੈਂ ਰੇਖ ਨਾ ਰੂਪ, ਉਹ ਪਰਮ ਤੰਤ ਪਰਮਾਤਮਾ ਵਿੱਚ ਇੱਕ ਮਾਸਾ ਵੀ ਫਰਕ ਨਹੀਂ ਰਹੇਗਾ, ਉਹ ਗ੍ਰਿਸ਼ਤੀ ਪਰਮੇਸ਼ਰ ਦਾ ਰੂਪ ਹੋ ਜਾਏਗਾ। ਗ੍ਰਿਸ਼ਤੀ ਨੂੰ ਐਡੀ ਵੱਡੀ ਅਹਿਮੀਅਤ ਦਿੱਤੀ ਮਹਾਰਾਜ ਨੇ, ਬਾਹਰ ਜਾਣ ਦੀ ਲੋੜ ਨਹੀਂ ਤੈਨੂੰ ਕਦੇ ਨਾ। ਯੋਗ ਨਾ ਫਗਵੀਂ ਕਪੜੀ, ਯੋਗ ਨਾ ਮੈਲ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕਾ ਉਪਦੇਸ਼। ਅਤੇ ਅੱਜ ਗ੍ਰਿਸ਼ਤੀ ਪੁੱਛਦਾ ਫਿਰਦਾ ਰੱਬ ਕਿੱਦਾਂ ਪਾਉਣਾ? ਕਹਿੰਦੇ ਤੈਨੂੰ ਤਾਂ ਸਭ ਤੋਂ ਨੇੜੇ ਸਮਝਾਇਆ ਸੀ ਵੀ ਤੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਹੈ ਹੀ ਨਹੀਂ, ਤੂੰ ਤਾਂ ਘਰੇ ਪਾ ਸਕਦਾ ਘਰੇ ਹੀ। ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ, ਮੈਲੇ ਚਲੇ ਕੱਪੜੇ ਪਾਇਆ, ਭਗਵੇ ਰੰਗ ਦੇ ਕੱਪੜੇ ਪਾਇਆ। ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕਹਿ। ਘਰੇ ਬੈਠਿਆਂ, ਘਰੇ ਹੀ, ਪਰਿਵਾਰ ਛੱਡਣ ਦੀ ਲੋੜ ਹੀ ਨਹੀਂ ਤੈਨੂੰ, ਕਿਤੇ ਜਾਣ ਦੀ ਲੋੜ ਨਹੀਂ, ਬਸ ਘਰੇ ਰਹਿ ਕੇ ਇੱਦਾਂ ਚੇਤਾ ਰੱਖਣਾ ਕਿ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਤੁਰਨਾ। ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ, ਦੀਨ ਧਰਮ ਛੱਡ ਦਿੱਤਾ, ਮਨੁੱਖੀ ਫਰਜ਼ ਤਿਆਗ ਦਿੱਤਾ, ਪੇਟ ਭਰਿਓ ਪਸ਼ੂਆ ਜੋ ਸੋਇਓ। ਕਈ ਵਾਰੀ ਨਾ ਆਪਾਂ ਇਨਸਾਨ ਨੂੰ ਪਸ਼ੂ ਸ਼ਬਦ ਵੀ ਕਹਿ ਦਿੰਦੇ ਹਾਂ ਨਾ, ਪਰ ਬਾਣੀ 'ਚ ਪਸ਼ੂ ਨੂੰ ਇਨਸਾਨ ਨਾਲੋਂ ਵੀ ਚੰਗਾ ਆਖਿਆ, ਜੇ ਇਨਸਾਨ ਆਪਣੇ ਅਕੀਦੇ ਤੋਂ ਡੋਲ ਜਾਏ ਤਾਂ।
गुरबाणी का वाक है, पशु मिले चंगे आईया, हुण हो गया ना पशु चंगा बंदे नालों, खड़ खावे अमृत दे नाम विहूणे आदमी त्रिग जीवन कर्म करे। कई बार ना आपा कई बार कोई पुत नशा करता हो, इतों का तो मैं पता नहीं, कई बार अपने ना आम परिवार कई बार आप अपने इर्द गिर्द पंजाब वेखते कोई बच्चा नशा करता तो घरद्या का सौखा जहा फार्मूला कि भला इनू विह दो इन्हें आपे सही हो जाना, इनू विह कर दो इन्हें सही हो जाना। अच्छा जिहड़ा तुहाडे कोल कुवारा नशा करी जांदा तुहानू की गरंटी भी विआह होण तों बाद नशा, बोलो जी, सगों तुसी ते अगले का टब्बर भी बर्बाद कर देना। तुहाडी धी ना को धोखा करे आपां जरदे नहीं, पर असी किसी के परिवार ना धोखा कर रहे हैं, धी ना धोखा कर रहे हैं उस टब्बर नू। कई वारी पुछदे जी भी बच्चा नशा तो नहीं करता, उत्थे कहिंदे नहीं जी इह तां सवेरे प्रकाश कराउण जांदा महाराज दा भाई साहब नाल, ये तो बहुत बीबा बच्चा, कई पढ़द पाते पर बाद च पता लगता भी ये तो नशियां की दलदल में फसया हुआ बच्चा। हुण नशियां च पै गया, व्याया गया, बच्चे हो गए, जिहड़ी उहदे लड़ लगी सी हुण विचारी का की कसूर सी? उन्हें लोगों के घर च काम कर करके दिहाड़ी दप्पा कर करके मेहनत कर करके जॉब कर करके अपने बच्चे पाले, बाप नूं कोई पता नहीं मेरा बच्चा कि क्लास च पढ़ता ना, ये तम गुण आ है तम गुण, जिहड़ा रज गुण तम गुण सतगुण तीन शब्द आए ना, तमोगुणी बंदे का संबंध सिर्फ अपने नाल हुंदा, उहनूं दूजे नाल कोई मतलब नहीं, हनेरे च रहिंदा ना। जिहड़ा रज गुण बंदा ना वह थोड़ा जिहा धोते आ, वो टब्बर बारे भी सोचता अपने बच्चों बारे, तो राजनीतिक बंदे तुसीं वेखना भी जे कुर्सी मैनूं मिली तो मेरे पोतरू भी अगे मिले, वो रजोगुणी बंदा थोड़ा जिहा तो अगे आ। जिहड़ा तमोगुणी बंदा ना उहदा पुत ना धी ना घरवाली ना मां ना भैण ना भरा ना कोई संबंध नहीं, क्योंकि हनेरे च बैठा, वो हनेरे च बैठा, तां बाणी च शब्द तमगुर वरत्या सी। तमोगुणी बंदे का संबंध अपने आप ना, उहनू नशे ना संबंध आ। वो कई बार जी घरवाली ने बेचारी ने लोगों के घर काम करके चार पैसे कट्ठे किए ना, वो भी खो के अपना नशा पूरा कर लेता, कई बार घर का समान वेच के भी अपना नशा पूरा कर लेता। माँ कई बार अपने बच्चों दी फीसां जोड़ जोड़ के रखती आ, दवाई वास्ते जिहड़े पैसे रखे से उन्हें वह भी खो के अपना नशा पूरा कर लिया। हुण ऐसे बंदे नूं कोई ये कहे भी ये पशु आ, तो सची मैं कभी कभी सोचता हूं भी जे पशु बोलते हो ना वह साढ़े ते मुकदमा कर दे, केस कर दे, भी जिहड़ा बंदा निकम्मा तुसीं उहनूं पशु कह के साड़ी बेइज्जती कीती है, क्यों भला? हुण तुसीं पुछोगे उह किवें, भी ये व्याया इनू तो यह भी नहीं पता बच्चे किन्नी क्लास च पढ़ते, ना इन्हें कभी पैसा कमा के बच्चों का कोई भविख सवारन की कोशिश की। यार असी पशु हाँ, सानू किसान ने 10-15 मझां गावां रखियां, साडा दुध वेच के उहदी कार की किस्त भी जाती आ, उहदे घर च ग्रोसरी भी राशन भी आउंदा वा, उहदे घर दे विच बाकी खर्चे भी चलते आ, असीं ते 5-7 मझां गावां रल के इहदे घर का गुजारा करदे आ, फिर तुसीं इहनू पशु कह के साडी बेइज्जती नहीं कीती, असीं ते इहदे नाल चंगे होए ना। जानी के निकम्मे बंदे वास्ते पशु शब्द भी ढुकवा शब्द, बोलो जी, नहीं हैगा। तां सतगुरु नूं कहना पिया पशु मिले चंगे आईया, पशु तो फिर भी चंगा, उहदी तो लोग तारीफ करते हैं, लोग नहीं आते, धन तो मझां तार गईआं यार, की धन तो आ चार गावां ने तार दिता भाई, तुहाडे बच्चों दीआं स्कूलां दीआं फीसां 4-5 गावां दी सिर ते आ, जिन्ने दी लिआंदी सी उस तों वध आ, तुसीं दुध भी पी लिया। पशु मिले चंगे आईया, खड़ खावै अमृत दे, सुका घा खा के भी सवेरे बाल्टी दुध ही भरती, इधर नाम भी हूणे आदमी, जेडे नाम तो सखने से, नाम का मीनिंग की सी, रब्बी गुणा तो सखने से, त्रिग जीवन कर्म करें। एक जिंदगी चेता रखना, हर इंसान की जी रिस्पैक्ट आ ना गुण करके आ, मायक ही आ ना, इतों बोल रहा थोड़े तक आवाज़ आ रही है, मैक का गुण वा भी जो इतों बोलिया जा रहा थोड़े तक पहुँचा रहा वा, यदा गुण वा, जे हमने गुण गवा लेना अपना, इन्हें इतों जगह यदि गवा जानी, इतों इन्हें चुक के परां कर देना, आप दूजा आ जाऊ जगह से, तुहाडे गुट ते घड़ी बधी आ ना, तुहानू अगला टाइम पुछदा की वक्त होया, तुसीं टाइम दस दिओ, उह तुहाडी घड़ी का टाइम दसना घड़ी का गुण वा। तुहाडी जेब ना लगा होया पेन $2 का, $10 का, $100 का, अगला पूजा एक मिनट दें भाजी माड़ा जहा लिखना, तुम अगे कहते चलता नहीं, वो तुहाडे मूँह ते नहीं कहूगा, परां जाके कहेगा भी चलता नहीं, तो शौक नूं लाया भाई, चलता तो पेन आ, पेन का लिखना गुण आ, जे लिखता ही नहीं फिर पेन कहदा होया,
ਜਿਵੇਂ ਆਪਾਂ ਕਹਿੰਦੇ ਚਲਤੀ ਕਾ ਨਾਮ ਗਾੜੀ ਹੈ, ਹੁਣ ਤੁਹਾਡਾ ਕੋਈ ਗੁਆਂਢੀ ਕਵੇ ਵੀ ਆਹ ਨਿਆਣੇ ਗੱਡੀ ਲੈ ਗਿਆ 10 ਮਿੰਟ ਗੱਡੀ ਦਿਓ ਮਾੜਾ ਜਿਹਾ ਬਾਜ਼ਾਰ ਜਾਣਾ, ਤੁਸੀਂ ਅੱਗੇ ਕਹੋ ਵੀ ਗੱਡੀ ਸਾਡੀ ਚੱਲਦੀ ਨਹੀਂ, ਉਹ ਅਗਲਾ ਮੂੰਹ ਤੋਂ ਤਾਂ ਨਹੀਂ ਬੋਲੇਗਾ ਪਰ ਮਨ 'ਚ ਸੋਚੋ ਵੀ ਚੱਲਦੀ ਨਹੀਂ ਫਿਰ ਗੱਡੀ ਕਾਹਦੀ, ਵੀ ਜੇ ਚੱਲਦੀ ਆ ਗੱਡੀ ਫੇਰ ਹੀ ਆ, ਜੇ ਚੱਲਦੀ ਨਹੀਂ ਗੱਡੀ ਕਾਹਦੀ। ਯਾਨੀ ਕਿ ਹਰ ਚੀਜ਼ ਦਾ ਗੁਣ, ਜਿਵੇਂ ਦੁੱਧ ਬਿਨ ਧੇਨ ਪੰਖ ਬਿਨ ਪੰਖੀ, ਜੇ ਗਾਂ ਦੁੱਧ ਨਾ ਦਿੰਦੀ ਗਾਂ ਕਿਸੇ ਕੰਮ ਦੀ, ਜੇ ਪੰਛੀ ਦੇ ਖੰਭ ਹੀ ਨਹੀਂ ਹੈਗੇ ਜੇ ਪੰਛੀ ਕਿਸੇ ਕੰਮ ਦਾ, ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਥ ਪੁੱਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵੀ ਹੋਣਾ। ਉਹ ਬਾਦਸ਼ਾਹ ਕਾਹਦਾ ਜਿਹਨੂੰ ਲੋਕ ਅੰਦਰੋਂ ਸਲਾਮ ਨਾ ਕਰਨ। ਇਹ ਸਿੱਖਾਂ ਨਾਲ ਐਸਾ ਹੋਇਆ, ਜਦੋਂ ਸਿੱਖ ਰਾਜ ਕਾਇਮ ਹੋਇਆ ਨਾ ਜੇ ਐਂਡ ਕੇ ਨੂੰ ਪਹਿਲੀ ਵਾਰ ਸਿੱਖ ਰਿਆਸਤ ਨਾਲ ਜੋੜਿਆ ਗਿਆ, ਅਤੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀਆਂ ਕਿਤਾਬਾਂ ਪੜ੍ਹੋ ਕਦੀ, ਲੋਕਾਂ ਨੇ ਆਪਣੇ ਘਰਾਂ 'ਚੋਂ ਬਾਹਰ ਨਿਕਲ ਨਿਕਲ ਕੇ ਨਾ ਸਿੱਖਾਂ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ, ਵੀ ਸਾਨੂੰ ਪਹਿਲੀ ਵਾਰ ਮਾਣ ਮਹਿਸੂਸ ਹੋਇਆ ਵੀ ਅਸੀਂ ਵੀ ਇਨਸਾਨਾਂ ਵਾਲਾ ਜੀਵਨ ਬਤੀਤ ਕਰਾਂਗੇ, ਨਹੀਂ ਤਾਂ ਸਾਨੂੰ ਬਾਹਰੋਂ ਆਏ ਮਾਰਦੇ ਵੀ ਕੁੱਟਦੇ ਸਾਡੇ ਕੋਲ ਕੰਮ ਵੀ ਕਰਾਉਂਦੇ ਸੀ। ਕਦੀ ਸਿੱਖ ਰਾਜ ਦੀ ਆਪਣੀ ਹਿਸਟਰੀ ਪੜ੍ਹ ਕੇ ਵੇਖਣਾ ਤੁਸੀਂ, ਅੱਜ ਤਾਂ ਹੋ ਗਿਆ। ਅੱਜ ਤਾਂ ਬਾਦਸ਼ਾਹ ਉਹ ਜਿਹਨੂੰ ਲੋਕ ਅੰਦਰੋਂ ਰਿਸਪੈਕਟ ਦੇਣ, ਅੰਦਰੋਂ ਸਲਾਮ ਕਰਨ, ਅੰਦਰੋਂ। ਹੁਣ ਜਿਹੜਾ ਸਲੂਟ ਮਾਰਨਾ ਹੁੰਦਾ ਨਾ ਉਹ ਮਜਬੂਰੀ ਹੁੰਦੀ ਆ, ਉੱਥੇ ਮਾਰਨਾ ਪੈਣਾ ਭਾਵੇਂ ਉਹਦੀ ਅਵਸਰ ਨਾਲ ਬਣਦੀ ਆ, ਬੋਲੋ ਜੀ ਨਹੀਂ ਬਣਦੀ, ਉਹ ਮਾਰਨਾ ਪੈਣਾ, ਉਹਨੂੰ ਪਤਾ ਜੇ ਸਰੂਰ ਮਾਰ ਅਗਲਾ ਨੌਕਰੀ 'ਚੋਂ ਬਾਹਰ ਕੱਢ ਦੂਗਾ। ਪਰ ਇੱਥੇ ਕਿਆ ਸੁਲਤਾਨ ਸਲਾਮ ਵੀ ਹੋਣਾ, ਉਹ ਕਾਹਦਾ ਬਾਦਸ਼ਾਹ ਜਿਹਨੂੰ ਸਲਾਮ ਨਾਲ ਦੁਨੀਆ ਕਰਦੀ ਹੋਵੇ, ਅੰਧੀ ਕੋਠੀ। ਹੁਣ ਆਹ ਫਰਕ ਸੀ ਨਾ, ਜਦੋਂ ਜਹਾਂਗੀਰ ਬਾਦਸ਼ਾਹ ਦੇ ਤੰਬੂ ਦੇ ਵਿੱਚ ਭੁਲੇਖੇ ਨਾਲ ਘਾਈ ਵੜ ਗਿਆ ਸੀ, ਘਾਹ ਦੀ ਪੰਨ 'ਤੇ ਟਕਾ ਰੱਖ ਕੇ ਉਹਨੂੰ ਜਦੋਂ ਪਤਾ ਲੱਗਾ ਵੀ ਉਹ ਇਹ ਸੱਚਾ ਪਾਤਸ਼ਾਹ ਨਹੀਂ, ਉਹਨੇ ਚੱਕ ਲਿਆ ਨਾਲ ਹੀ, ਅਤੇ ਉੱਥੇ ਉਹਨੇ ਕਿਹਾ ਉਹਨੂੰ ਕਿ ਜੇ ਮੈਂ ਤੇਰਾ ਸੱਚਾ ਪਾਤਸ਼ਾਹ ਨਾ ਹੋਵਾਂ ਤਾਂ ਕੀ ਕਰੇਗਾ, ਉਹ ਕਹਿੰਦਾ ਘਾਹ ਦੀ ਪੰਨ 'ਤੇ ਟਕਾ ਚੱਕ ਲਵਾਂਗਾ, ਜਿੱਥੇ ਮੇਰਾ ਸੱਚਾ ਪਾਤਸ਼ਾਹ ਹੋਊਗਾ ਜਾ ਕੇ ਉੱਥੇ ਰੱਖ ਦਾਂਗਾ। ਉਹ ਕਹਿੰਦਾ ਤੈਨੂੰ ਪਤਾ ਮੈਂ ਕੌਣ ਹਾਂ, ਜਿਸ ਧਰਤੀ 'ਤੇ ਤੂੰ ਖਲੋਤਾ ਇਸ ਧਰਤੀ ਦਾ ਮੈਂ ਬਾਦਸ਼ਾਹ ਹਾਂ। ਕਹਿੰਦਾ ਹੋ ਗਏ ਜੀ, ਹੁਣ ਉਹ ਚਾਹੁੰਦਾ ਸੀ ਮੇਰਾ ਸਤਿਕਾਰ, ਕਹਿੰਦਾ ਹੋ ਗਏ ਜੀ। ਕਹਿੰਦਾ ਬਸ ਫਰਕ ਇੰਨਾ ਵਾ ਤੁਸੀਂ ਇਸੇ ਧਰਤੀ ਦੇ ਬਾਦਸ਼ਾਹ ਜੇ, ਮੇਰਾ ਗੁਰੂ ਤਾਂ ਦੋ ਜਹਾਨਾਂ ਦਾ ਵਾਲੀ ਆ। ਹੁਣ ਵੇਖਣ ਵਾਲੇ ਨੇ ਕਹਿਣਾ ਸ਼ਾਇਦ ਘਾਹ ਦੀ ਪੰਨ 'ਤੇ ਟਕੇ ਦੀ ਕੀਮਤ ਲੱਗ ਰਹੀ ਹੈ। ਉਹ ਕਹਿੰਦਾ ਜੇ ਤੂੰ ਘਾਹ ਦੀ ਪੰਨ 'ਤੇ ਟਕਾ ਪਿਆ ਰਹਿਣ ਦੇ ਇੱਥੇ, ਤੂੰ ਦੱਸ ਇਹਦੇ ਬਦਲੇ ਤੈਨੂੰ ਕੀ ਚਾਹੀਦਾ, ਤੈਨੂੰ ਕਿੰਨਿਆਂ ਪਿੰਡਾਂ ਦੀ ਜ਼ਗੀਰ ਦੇ ਦੇਵਾਂ, ਮਾਮਲਾ ਟੈਕਸ ਤੇਰੇ ਕੋਲ ਆਊਗਾ, ਸਭ ਕੁਝ ਮਿਲ ਜੂਗਾ। ਕਹਿੰਦਾ ਨਾ ਨਾ ਨਾ, ਜੋ ਕਹਿਤਾ ਉਹ ਗੁਰੂ ਦਾ, ਇੱਦਾਂ ਨਹੀਂ ਮੈਂ ਕਰ ਸਕਦਾ। ਹੁਣ ਵੇਖਣ ਵਾਲਾ ਉਹਨੂੰ ਪੁੱਛਦਾ ਆਣ ਕੇ, ਕਹਿੰਦਾ ਜੇ ਕਿਤੇ ਮੈਨੂੰ ਇੱਦਾਂ ਕਿਹਾ ਹੁੰਦਾ ਨਾ ਬਾਦਸ਼ਾਹ ਨੇ ਵੀ ਘਾਹ ਦੀ ਪੰਨ 'ਤੇ ਟਕਾ ਰੱਖ ਤੇ ਤੈਨੂੰ ਆਹ ਦਿੰਦਾ, ਤੂੰ ਅੱਗੇ ਹੱਸ ਕੇ ਆਉਂਦਾ, ਹੁੰਦਾ ਤੈਨੂੰ ਬਾਦਸ਼ਾਹ ਨੇ ਕਹਿਣਾ ਵੀ ਨਹੀਂ ਹੈਗਾ। ਕਹਿੰਦਾ ਤੈਨੂੰ ਕੀ ਲੱਗਦਾ ਸੀ ਘਾਹ ਦੀ ਪੰਨ 'ਤੇ ਟਕੇ ਦੀ ਕੀਮਤ ਲੱਗ ਰਹੀ ਸੀ, ਉਹ ਇਮਾਨ ਖਰੀਦ ਰਿਹਾ ਸੀ ਮੇਰਾ, ਉਹ ਮੇਰਾ ਇਮਾਨ ਖਰੀਦ ਰਿਹਾ ਸੀ। ਅੱਜ ਇਮਾਨ ਕਿੱਥੇ ਗਿਆ? ਅੱਜ ਹੀ ਤੁਸੀਂ ਵੇਖਿਆ ਹੋਣਾ ਨਾ ਇੱਕ ਨਿੱਕੂ ਗਾਇਕ, ਉਹ ਬਗੇਸ਼ਵਰ ਬਾਬੇ ਦੇ ਕੋਲ ਜਾ ਕੇ ਆਉਂਦਾ, ਜੀ ਸਾਰੇ ਸਿੱਖਾਂ ਦੀ ਤੁਹਾਡੇ ਨਾਲ ਆਸਥਾ ਜੁੜੀ ਹੋਈ ਹੈ। ਯਾਰ ਕਮਾਲ ਆ, ਤੁਸੀਂ ਵੀ ਤੁਸੀਂ ਗਾਣੇ ਗਾਓ, ਤੁਸੀਂ ਇਹਨਾਂ ਕੰਮਾਂ 'ਚੋਂ ਕੀ ਲੈਣਾ? ਉਹ ਮਜ਼ਾਕ ਦਾ ਪਾਤਰ, ਉੱਥੇ ਸ਼ਬਦ ਵੇਖੋ ਕਿਹੜੇ ਬੋਲੇ ਜਾ ਰਹੇ ਆ, ਅਤੇ ਜਿਹੜੇ ਉਹਨੂੰ ਸੁਣਨ ਵਾਲੇ ਉਹ ਵੀ ਕਹਿਣਗੇ, ਭੱਜ ਜਾਣਗੇ ਲੋਕ ਉੱਥੇ। ਅਤੇ ਉੱਥੇ ਉਹਨੇ ਬਗੇਸ਼ਵਰ ਬਾਬੇ ਨੇ ਸਟੇਟਮੈਂਟ ਕਿਹੜੀ ਦਿੱਤੀ ਹੈ? ਕਹਿੰਦਾ ਜੀ ਸਨਾਤਨ ਮਤ ਦੀ ਰਾਖੀ ਕਰਨ ਵਾਸਤੇ ਜਿਹੜੇ ਸਿੱਖ ਪੈਦਾ ਕੀਤੇ ਸੀ ਇਹ ਆਰਮੀ ਦਾ ਕੰਮ ਕਰਦੀ ਹੈ, ਜਾਣੀ ਕਿ ਤੁਸੀਂ ਜੋ ਮਰਜ਼ੀ ਕਰੀ ਜਾਓ, ਸਿੱਖ ਸਿਰਫ ਰੱਖਿਆ ਕਰਨ ਤੁਹਾਡੀ।